ਕੀ ਹੋਣਾ ਵਿਚਾਰਿਆਂ ਕੋਲ, ਇਹ ਦੱਸਣ ਵੀ ਫਲਾਣੀ ਗੱਲ ਉਹਦੀ ਠੀਕ ਸੀ, ਉਹਦੀਆਂ 10 ਕਿਤਾਬਾਂ ਨੇ ਛਾਪੀਆਂ ਨੇ, ਜੋਗਿੰਦਰ ਸਿੰਘ ਨੇ ਇੱਕ ਗੱਲ ਦੱਸੇ ਵੀ ਉਹਦੀ ਆਹ ਠੀਕ ਸੀ, ਗੁਰਮਤ ਅਨੁਸਾਰ ਸੀ, ਸਾਰੀਆਂ ਹੀ ਗਲਤ ਸੀ ਉਹਦੀਆਂ, ਇੱਕ ਤਾਂ ਦੱਸੇ ਵੀ ਆਹ ਠੀਕ ਸੀ, ਇਹ ਠੀਕ ਦੀ ਲਿਸਟ ਦੇ ਦੇਣ ਸਾਨੂੰ ਵੀ ਆਹ ਠੀਕ ਸੀ ਗੁਰਮਤ ਅਨੁਸਾਰ ਸੀ, ਇਹ ਠੀਕ ਦੀ ਲਿਸਟ ਹੀ ਨਹੀਂ ਦੇ ਸਕਦੇ ਫਿਰ ਕਿਹੜੀ ਗੱਲ ਦੀ ਆਕੜ ਹੈ ਨਾ, ਪਰ ਕਿਹੜੀ ਗੱਲ ਦੀ ਆਕੜ ਹੈ, ਆਕੜ ਹੈ ਸਰ ਪਰਪੰਚ ਚਲਾਉਣ ਦੀ, ਧੜਾ ਬਣਾਉਣ ਦੀ, ਧੜਾ ਬਣਾ ਕੇ ਗੋਲਕ ਤੱਕ ਪਹੁੰਚਣ ਦੀ, ਇਹਨਾਂ ਨੂੰ ਕਿਸੇ ਨੇ ਨੇੜੇ ਆਉਣ ਦੇਣਾ ਗੋਲਕ ਦੇ, ਇਹ ਨਹੀਂ ਆ ਸਕਦੇ ਗੋਲਕ ਦੇ ਨੇੜੇ, ਸਮਾਂ ਇਹ ਤਾਂ ਦੂਰ ਹੋ ਗਏ ਗੁਰੂ ਤੋਂ ਵੀ, ਗੁਰੂ ਦੇ ਦੁਖੀ ਹੋ ਗਏ, ਤਾਂ ਦੁਖੀ ਹੋ ਗਏ, ਇਹ ਆਪਣੀ ਜ਼ਿੰਦਗੀ ਤਾਂ ਇਹ ਤਾਂ ਐਸੇ ਛੇਕ ਦਿੱਤੇ ਜਾਣਗੇ ਨਾ, ਅਕਾਲ ਤਖ਼ਤ ਛੇਕੇ ਨਾ ਛੇਕੇ, ਸਿੱਖਾਂ ਦੇ ਦਿਲ 'ਚੋਂ ਛੇਕੇ ਜਾਣੇ ਨੇ, ਗੁਰੂ ਦੇ ਤਾਂ ਛੇਕੇ ਹੋਏ ਨੇ, ਇਹਨਾਂ ਦੇ ਤਾਂ ਇੱਕ ਇੱਕ ਦੀ ਇਹ ਫੋਟੋ ਲਾ ਦਿੰਦੇ ਨੇ, ਇਹ ਕੁੜੀ ਦੀ ਫੋਟੋ ਲਾਈ ਹੋਈ, ਇਹ ਜੀ ਐਂ ਕਹਿੰਦੀ ਹੈ, ਇਹਦਾ ਮਤਲਬ ਉਹਨੂੰ ਕੋਈ ਬੰਦਾ ਨਹੀਂ ਮਿਲ ਰਿਹਾ ਹੱਕ 'ਚ ਬੋਲਣ ਨੂੰ, ਜਿਹੜਾ ਇੱਕ ਬੰਦੇ ਦੇ ਵਿਆਹ ਦੀ ਫੋਟੋ ਲਾ ਸਕਦਾ ਹੈ ਅਖਬਾਰ 'ਚ, ਇਹਦਾ ਮਤਲਬ ਉਹਨੂੰ ਕੋਈ ਬੰਦਾ ਹੀ ਨਹੀਂ ਮਿਲ ਰਿਹਾ ਹੱਕ ਦੇ ਵਿੱਚ, ਆਪਣੀ ਵਡਿਆਈ ਕਰਨੀ, ਆਪਣੀ ਰੋਜ਼ ਵਡਿਆਈ ਕਰੀ ਜਾਣੀ ਅਖਬਾਰ ਦੀ, ਆਪਣ ਕੋ ਜੋ ਭਲਾ ਕਹਾਵਾ ਤਿਸੇ ਭਲਾਈ ਨਿਕਲਾਵਾ, ਇਹ ਗੁਰਮਤ ਹੈ, ਤੂੰ ਆਪਣੀ ਵਡਿਆਈ ਕਰੀ ਜਾਣਾ ਆਪੇ, ਇਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਆਪਣੀ ਵਡਿਆਈ ਕਰਨ ਵਾਲਾ ਆਦਮੀ ਤਾਂ ਬਹੁਤ ਹੀ ਭੈੜਾ ਹੁੰਦਾ ਹੈ, ਗੁਰਬਾਣੀ ਤਾਂ ਇਹ ਕਹਿੰਦੀ ਹੈ ਤੂੰ ਕਹਿੰਦਾ ਤੱਤ ਗੁਰਮਤ ਹੈ, ਜੇ ਤੇਰੇ ਕੋਲ ਤੱਤ ਗੁਰਮਤ ਹੁੰਦੀ ਆਪਣੀ ਵਡਿਆਈ ਉਹ ਨਾ ਕਰਦਾ, ਪੇਪਰ 'ਚ ਆਪਣੀ ਵਡਿਆਈ ਜੇ ਕੋਈ ਕਰਦਾ ਵੀ ਸੀ ਤੇਰੀ ਉਹਦੀ ਖਬਰ ਬਣਾ ਛਾਪਦਾ ਤੂੰ, ਭਾਈ ਦੇਖੇ ਮੇਰੀ ਵਡਿਆਈ ਹੈ ਮੈਂ ਨਹੀਂ ਖਬਰ ਛਾਪਣੀ, ਇਹ ਤਾਂ ਗੁਰਮਤ ਤੋਂ ਖਿਲਾਫ ਹੈ, ਤੂੰ ਝੂਠ ਬੋਲ ਬੋਲ ਕੇ ਆਪਣੀ ਵਡਿਆਈ ਛਾਪੀ ਜਾਣਾ ਲੋਕਾਂ ਨੂੰ ਗੁੰਮਰਾਹ ਕਰਨ ਖਾਤਰ, ਮੈਂ ਮੇਰੇ ਵਗਰ ਲੱਗਣ ਵੀ ਲੋਕਾਂ ਨੂੰ ਇਹੋ ਜਿਹਾ ਵੀ ਬੱਲਾ ਬੱਲਾ ਵੀ ਇਹਦੇ ਤਾਂ ਮਗਰ ਬਹੁਤ ਹੈ, ਅਸੀਂ ਬਾਹਰ ਬੈਠੇ ਹਾਂ ਸਾਨੂੰ ਨਹੀਂ ਪਤਾ ਕੌਣ ਨੇ ਤੇਰੇ ਮਗਰ, ਪਬਲਿਕ ਤਾਂ ਅਸੀਂ ਤੂੰ ਦਫ਼ਤਰ ਰਹਿਣਾ ਅਸੀਂ ਪਬਲਿਕ 'ਚ ਰਹਿੰਦੇ ਹਾਂ, ਤੂੰ ਦਫ਼ਤਰ 'ਚ ਤੈਨੂੰ ਪਤਾ ਨਹੀਂ ਬਾਹਰ ਕੀ ਹੈ, ਫੀਲਡ 'ਚ ਜਿਹੜੇ ਬੰਦੇ ਨੇ ਉਹਨਾਂ ਨੂੰ ਪਤਾ ਨਾ, ਫੀਲਡ ਤਾਂ ਅਸੀਂ ਹਾਂ, ਤੂੰ ਬੈਠਾ ਦਫ਼ਤਰ ਦੇ ਵਿੱਚ, ਹਾਲੇ ਲੋਕਾਂ ਨੂੰ ਬਹੁਤ ਗੱਲਾਂ ਦਾ ਪਤਾ ਵੀ ਨਹੀਂ, ਆਪੇ ਹਟ ਜਾਣਗੇ, ਆਹ ਵੀ ਪੜਦਾ ਚੱਕ ਦਾਂਗੇ ਤੇਰਾ, ਖੰਡ ਅਖੰਡ ਪ੍ਰਚੰਡ ਪਰਹਾਰਨ, ਖੰਡ ਅਖੰਡ ਜਿਹੜੇ ਇਹਨਾਂ ਦੇ ਭਰਮ ਨੇ ਨਾ ਆਪਣੇ ਆਪ ਨੂੰ ਸਮਝਦੇ ਨੇ, ਅਖੰਡ ਬਣੇ ਹੋਏ ਨੇ, ਪ੍ਰਚੰਡ ਹੋ ਕੇ ਪ੍ਰਹਾਰ ਕਰਨਾ ਇਹਨਾਂ 'ਤੇ, ਪ੍ਰਚੰਡ ਪ੍ਰਚੰਡ ਪ੍ਰਹਾਰ ਕੀਤਾ ਸੀ ਉਹਦੇ 'ਤੇ, ਉਹ ਜਿਹੜਾ ਅੰਮ੍ਰਿਤ ਵਾਲਾ ਸੀ, ਲੋਕਾਂ ਨੂੰ ਚਾਨਣਾ ਕੀਤਾ ਸੀ, ਫਿਰ ਕਾਹਦੇ ਕਰਤਾ ਹੁਣ ਬੈਕਫੁੱਟ 'ਤੇ, ਹੁਣ ਕੱਢਣ ਉਹਨੂੰ ਮੈਦਾਨ 'ਚ ਬਾਹਰ ਸੂਰਮੇ ਨੂੰ, ਫਿਰ ਉਹ ਕਹਿੰਦੇ ਉਹ ਜਦ ਉੱਥੇ ਆਇਆ ਇੱਥੇ ਪੰਜਾਬ ਦੇ ਵਿੱਚ, ਫਿਰ ਆਪਾਂ ਗਏ ਵੀ ਸੀ ਉਹਨੂੰ ਵੀ ਮੇਰੇ ਨਾਲ ਗੱਲ ਕਰਾਓ, ਗੱਲ ਕਿਉਂ ਨਹੀਂ ਕੀਤੀ, ਫਿਰ ਉਹਨਾਂ ਨੇ ਕਹਿ ਤਾ ਸੁਆਹ ਕਰ ਦੂੰ ਸਟੇਜ 'ਤੇ ਮੇਰੇ ਨਾਲ ਕਰਦਾ, ਉੱਥੇ ਸੁਆਹ ਨਾ ਕਰਕੇ ਰੱਖ ਦਿੰਦੇ ਉਹਦੀ ਉੱਥੇ, ਮੈਂ ਤਾਂ ਉਹਦੇ ਨਾਲ ਉੱਥੇ ਸਟੇਜ 'ਤੇ ਗੱਲ ਕਰਨ ਗਿਆ ਸੀ,